ਕਿੱਥੇ ਲਿਖਿਆ ਤੇ ਵੀ ਮਾਂ ਨਹੀਂ ਬਣ ਸਕਦੀ ਰਾਮ 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 ਕਿਹੋ ਜੀ ਗੱਲਾਂ ਕਰਦੇ ਹੋ ਰਾਜਵੀਰ ਕੁੰਡਲੀ ਪੰਡਿਤ ਜੀ ਨੂੰ ਫੜਾ ਪੰਡਿਤ ਜੀ ਇੱਕ ਵਾਰੀ ਜ਼ਰਾ ਗੌਰ ਨਾਲ ਦੇਖੋ ਨਾ ਪੰਡਿਤ ਸਵੇਰ ਚੰਦ ਇੰਨਾ ਲਾਲਚੀ ਵੀ ਨਹੀਂ ਹੈਗਾ ਜੋ ਸੱਚ ਹੈ ਉਹ ਸੱਚ ਹੈ ਆ ਫੜ ਆਪਣੇ ਪਹਿਲਾਂ ਵਾਲੇ ਵੀ ਮਾਫ਼ ਕਰਿਓ ਪੰਡਿਤ ਜੀ ਇਹ ਤਾਂ ਬੱਚਾ ਹੈ ਕੋਈ ਹੋਰ ਹੀਲਾ ਤਾਂ ਦੱਸੋ ਕੋਈ ਹੀਲਾ ਵਸੀਲਾ ਨਹੀਂ ਕੁੜੀ ਮਾਂ ਨਹੀਂ ਬਣ ਸਕਦੀ ਤਾਂ ਨਹੀਂ ਬਣ ਸਕਦੀ ਜੇ ਤੁਸੀਂ ਫਿਰ ਵੀ ਕਹਿੰਦੇ ਹੋ ਮੈਂ ਵਿਆਹ ਦੀ ਤਰੀਕ ਕੱਢ ਦਿੰਦਾ ਪੰਡਿਤ ਜੀ ਇੱਕ ਵਾਰੀ ਫੇਰ ਦੇਖ ਲਓ ਕਈ ਵਾਰੀ ਗਲਤੀ ਲੱਗ ਜਾਂਦੀ ਹੈ ਇਹ ਕੁੰਡਲੀ ਆ ਕੋਈ ਬਿਜਲੀ ਦਾ ਬਿੱਲ ਨਹੀਂ ਜਿਹੜਾ ਰੀਡਿੰਗ ਕਰਨ ਲੱਗੇ ਜੇਈ ਸਾਹਿਬ ਨੂੰ ਗਲਤੀ ਲੱਗ ਗਈ ਜੇ ਪੰਡਿਤ ਜੀ ਕਹਿ ਰਹੇ ਨੇ ਕਿਸੇ ਗੱਲ ਪਿੱਛੇ ਕਹਿ ਰਹੇ ਨੇ ਪੰਡਿਤ ਜੀ ਕੋਈ ਤਾਂ ਤਰੀਕਾ ਹੋਊਗਾ ਕੋਈ ਯੱਗ ਕੋਈ ਹਵਨ ਅਸੀਂ ਤਾਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਪੰਡਿਤ ਜੀ ਜੇ ਤੁਸੀਂ ਕਹੋ ਮਾਮਾ ਜੀ ਡੰਡੌਤ ਕਰਦੇ ਹੋਏ ਨੈਣਾ ਦੇਵੀ ਤੱਕ ਵੀ ਜਾਏ ਹੋਣਗੇ ਤੂੰ ਆਪਣੀ ਗੱਲ ਕਰ ਯਾਰ ਮੇਰੇ ਤੋਂ ਤਾਂ ਅੱਗੇ ਨਹੀਂ ਖੜਿਆ ਜਾਂਦਾ ਉਹ ਮਾਮਾ ਜੀ ਤਾਂ ਹੀ ਤਾਂ ਤੁਹਾਨੂੰ ਪੈ ਕੇ ਜਾਣ ਦਾ ਉਪਾਅ ਦੱਸਿਆ ਇਹ ਡੰਡੌਤ ਕਰ ਲੂ ਢਿੱਡ ਦੇਖਿਆ ਇਹਦਾ ਇੱਕ ਇੰਚ ਨਹੀਂ ਇਹ ਤੋਂ ਹਿੱਲਿਆ ਜਾਣਾ ਢਿੱਡ ਨੇ ਧਰਤੀ ਨਾਲ ਲੱਗ ਜਾਣਾ ਇਹਨੇ ਪਏ ਨਹੀਂ ਉੱਥੇ ਸੀਸਾ ਕਰੀ ਜਾਣਾ ਇਹ ਚੜ ਜੂ ਨੈਣਾ ਦੇਵੀ ਦੀ ਚੜਾਈ ਰੋਪੜ ਤੱਕ ਜਾ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਪਹਿਲੇ ਕੀਰਤਪੁਰ ਸਾਹਿਬ ਦੇ ਫੁੱਲ ਪੈ ਜਾਣੇ ਕੋਈ ਨਾ ਜੀਜਾ ਜੀ ਕਰ ਲਓ ਟਿੱਚਰ ਟਿੱਚਰ ਨਹੀਂ ਤੈਨੂੰ ਲਿਜਾਣ ਲਈ ਖੱਚਰ ਕਰਨਾ ਪੈਣਾ ਉਹ ਵੀ ਜੇ ਖੱਚਰ ਮੰਨ ਜੇ ਤਾਂ ਉਹਨੇ ਕਹਿਣਾ ਬਾਈ ਜੀ ਚੁੱਪ ਚੁੱਪੀ ਤੇ ਮੈਨੂੰ ਬਿਨਾਂ ਦੱਸੇ ਅੱਖ ਬਚਾ ਕੇ ਪਿੱਛੇ ਬਹਿਣਾ ਤਾਂ ਬਹਿ ਜਾਓ ਪਰ ਮੈਨੂੰ ਮਹਿਸੂਸ ਨਾ ਹੋਣ ਦਿਓ ਫਿਰ ਭਾਵੇਂ ਮੈਂ ਔਖਾ ਸੌਖਾ ਲੈ ਜਾਵਾਂ ਹੋਰ ਹੀ ਪਾਸੇ ਗੱਲ ਨੂੰ ਲੈ ਵੜ ਦਿਓ ਜਦੋਂ ਇੱਕ ਵਾਰੀ ਪੰਡਿਤ ਜੀ ਨੇ ਕਹਿਤਾ ਕੁੜੀ ਨਹੀਂ ਮਾਂ ਬਣ ਸਕਦੀ ਮਤਲਬ ਇਹ ਵਿਆਹ ਨਹੀਂ ਹੋ ਸਕਦਾ ਉਹ ਪਰ ਡੈਡ ਇਹਨਾਂ ਗੱਲਾਂ ਨੂੰ ਅੱਜ ਕੱਲ ਮੰਨਦਾ ਗੋਣਾ ਕੋਈ ਮੰਨੇ ਚਾਹੇ ਨਾ ਮੰਨੇ ਪਰ ਬਲਵੰਤ ਸਿੰਘ ਪੂਨੀਆ ਮੰਨਦਾ ਕਿਉਂਕਿ ਉਹਨੂੰ ਪਹਿਲਾਂ ਹੱਥ ਲੱਗ ਚੁੱਕੇ ਨੇ ਸੌਰੀ ਬੇਟੇ ਹਰਮਨ ਹੁਣ ਵਿਆਹ ਨਹੀਂ ਹੋ ਸਕਦਾ ਦੀਦੀ ਹਾਲੇ ਤੱਕ ਜੀਜਾ ਜੀ ਕਿਉਂ ਨਹੀਂ ਆਏ ਪਤਾ ਨਹੀਂ ਕਿਤੇ ਕੋਈ ਉਹੀ ਪੰਗਾ ਨਾ ਪੈ ਗਿਆ ਹੋਵੇ ਪੁੰਨੀਆ ਜੀਜਾ ਜੀ ਕੋਲ ਤਾਂ ਬੰਦੂਕ ਵੀ ਹੈ ਓਏ ਹੋਏ ਹੋਏ ਕੀ ਸੀਨ ਬਣੂ ਆਪਾਂ ਇੱਥੇ ਬੈਠੇ ਉੱਥੋਂ ਉਹਨਾਂ ਦੀ ਲਾਸ਼ ਆਉਂਦੀ ਹੋਵੇ ਮੱਥੇ 'ਤੇ ਗੋਲੀ ਵੱਜੀ ਹੋਵੇ ਅਤੇ ਤੁਸੀਂ ਇੱਥੇ ਕੀਰਨੇ ਪਾਓ ਹਾਏ ਮੈਂ ਲੁੱਟੀ ਗਈ ਹਾਏ ਮੈਂ ਬਰਬਾਦ ਹੋ ਗਈ ਅਤੇ ਮੈਂ ਉਹਨਾਂ ਦੇ ਮੌਤ 'ਤੇ ਬਦਲੇ ਦੀ ਸੌਂ ਖਾਵਾਂ ਮਰ ਜਾਣੇ ਆ ਕੁੱਤਿਆ ਬੋਲਣ ਲੱਗੇ ਸੋਚ ਤਾਂ ਲਿਆ ਕਰ ਜੇ ਬਦਲਾ ਲੈਣ ਲੱਗੇ ਤੈਨੂੰ ਕੁਛ ਹੋ ਗਿਆ ਫਿਰ ਪੁਆਇੰਟ ਮੈਨੂੰ ਲੱਗਦਾ ਲਾਸ਼ ਆ ਗਈ ਓ ਮੇਰਾ ਮਤਲਬ ਚੀਚਾ ਜੀ ਆ ਗਏ ਸਤਿ ਸ਼੍ਰੀ ਅਕਾਲ ਜੀ ਰਾਜਵੀਰ ਮੈਨੂੰ ਛੱਡ ਆ ਬਹਿ ਜਾ ਪਾਣੀ ਪੂਣੀ ਤਾਂ ਪੀ ਲਾ ਬੇਟੇ ਇਹ ਵੀ ਤੇਰਾ ਆਪਣਾ ਹੀ ਘਰ ਆ ਇੱਥੇ ਰੁਕ ਜਾ ਜੀਜਾ ਜੀ ਤੁਹਾਡੇ ਜੀਜਾ ਜੀ ਮੰਨ ਗਏ ਮੰਨ ਤਾਂ ਗਏ ਸੀ ਪਰ ਪੰਡਿਤ ਨੇ ਵਹਿਮ ਪਾਤਾ ਕਿ ਹਰਮਨ ਮਾਂ ਨਹੀਂ ਬਣ ਸਕਦੀ ਇਸ ਲਈ ਫਿਲਹਾਲ ਤਾਂ ਜਵਾਬ ਹੀ ਆ ਜੇ ਹਰਮਨ ਮਾਂ ਨਹੀਂ ਬਣ ਸਕਦੀ ਰਾਜਵੀਰ ਤਾਂ ਪਿਓ ਬਣ ਸਕਦਾ ਸਹੀ ਤਾਂ ਕਹਿ ਰਿਹਾ ਮੇਰਾ ਵੀਰਾ ਰਾਜਵੀਰ ਤਾਂ ਪਿਓ ਬਣ ਸਕਦਾ ਨਾ ਉਹ ਰੱਬਾ ਕੈਸੀ ਜੋੜੀ ਮੇਰੇ ਪੱਲੇ ਪਾਈ ਜੈਸੀ ਭੈਣ ਉਸਾ ਭਾਈ ਉਹ ਮੇਰਾ ਸਿਰ ਪਹਿਲਾਂ ਹੀ ਬਹੁਤ ਦੁਖ ਰਿਹਾ ਇਹਨੂੰ ਹੋਰ ਨਾ ਦੁਖਣ ਲਾਓ ਜਸਮੀਤ ਹਾਂਜੀ ਹਰਮਨ ਨੂੰ ਅੰਦਰ ਲੈ ਕੇ ਜਾ ਹਾਂਜੀ ਆ ਜਾ ਹਰਮਨ ਚੀਜਾ ਜੀ ਪੂਰੀ ਗੱਲ ਤਾਂ ਦੱਸੋ ਮੇਰੇ ਤੋਂ ਬਾਲਾ ਚਿਰ ਖੜਿਆ ਨਹੀਂ ਜਾਂਦਾ ਆਰਾਮ ਨਾਲ ਪਾਣੀ ਧਾਣੀ ਪੀ ਲਾਂ ਫਿਰ ਦੱਸ ਦੂੰਗਾ ਐਵੇਂ ਨਾ ਮੇਰੇ ਖੇੜੇ ਪੈ